ਬੀਤੀ ਕੱਲ ਜਲਾਲਾਬਾਦ ਪੁਲਿਸ ਦੇ ਵੱਲੋਂ ਸੈਕਸ ਦੇ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ ਦੋ ਪੱਤਰਕਾਰਾਂ ਸਮੇਤ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਸੀ। ਪਰ ਅੱਜ ਪੁਲਿਸ ਦੇ ਹੱਥ ਇੱਕ ਹੋਰ ਸਫਲਤਾ ਉਸ ਵੇਲੇ ਲੱਗੀ ਜਦ ਇਸ ਗਿਰੋਹ ਦੀਆਂ ਤਿੰਨ ਲੜਕੀਆਂ ਦੇ ਵਿੱਚੋਂ ਇੱਕ ਲੜਕੀ ਨੂੰ ਪੁਲਿਸ ਨੇ ਕਾਬੂ ਕੀਤਾ। ਜਲਾਲਾਬਾਦ ਪੁਲਿਸ ਦੇ ਵੱਲੋਂ ਮਾਣਯੋਗ ਅਦਾਲਤ ਦੇ ਵਿੱਚ ਇਹਨਾਂ ਚਾਰੇ ਆਰੋਪੀਆਂ ਨੂੰ ਪੇਸ਼ ਕੀਤਾ ਗਿਆ, ਜਿੱਥੇ ਇਹਨਾਂ ਲੋਕਾਂ ਦੇ ਸ਼ਿਕਾਰ ਹੋਏ ਲੋਕ ਵੀ ਅਦਾਲਤ ਦੇ ਵਿੱਚ ਪਹੁੰਚੇ ਅਤੇ ਅਦਾਲਤ ਦੇ ਵਿੱਚ ਇਨਸਾਫ ਦੀ ਗੁਹਾਰ ਜਜ ਸਾਹਿਬ ਮੂਹਰੇ ਲਗਾਈ ਗਈ। ਉਪਰੋਕਤ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਇਹਨਾਂ ਚਾਰੇ ਆਰੋਪੀਆਂ ਦਾ 5 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਦਿੱਤਾ ਗਿਆ। ਕੀ ਮਾਮਲਾ, ਤੁਸੀਂ ਕੋਰਟ ਆਏ ਹੋ, ਕਿਸ ਮਸਲੇ ਨੂੰ ਲੈ ਕੇ ਆਏ ਹੋ? ਅੱਜ ਜਿਹੜਾ ਕੱਲ੍ਹ ਮੁਕੱਦਮਾ ਨੰਬਰ 31 ਬਰਖਲਾਫ ਰਾਜੋ, ਹਰਪ੍ਰੀਤ, ਗੁਲਸ਼ਨ, ਪੰਕਜ ਸੋਨੀ ਵਗੈਰਾ 'ਤੇ ਦਰਜ ਰਜਿਸਟਰ ਹੋਇਆ ਸੀਗਾ। ਅੱਜ ਇਹਨਾਂ ਨੂੰ ਮਾਣਯੋਗ ਰਵਨੀਤ ਕੌਰ SDGM ਜਲਾਲਾਬਾਦ ਦੀ ਕੋਰਟ 'ਚ ਅਸੀਂ ਪੇਸ਼ ਕੀਤਾ, ਰਿਮਾਂਡ ਦੀ ਮੰਗ ਕੀਤੀ ਸੀਗੀ, ਜੋ ਸਾਨੂੰ 5 ਮਾਰਚ ਤੱਕ ਮਾਣਯੋਗ ਕੋਰਟ ਨੇ ਇਹਨਾਂ ਦਾ ਪੁਲਿਸ ਰਿਮਾਂਡ ਦਿੱਤਾ ਅਤੇ ਅੱਗੇ ਇਹਨਾਂ ਕੋਲੋਂ ਇਨਵੈਸਟੀਗੇਸ਼ਨ ਕਰਾਂਗੇ। ਸਰ, ਰਿਮਾਂਡ ਮਿਲੇ, ਇੱਕੋ ਮਾਮਲੇ ਮਿਲੇ ਕਿ ਹੋਰ ਮਾਮਲੇ ਲੋਕ ਪੇਸ਼ ਹੋਏ ਨੇ ਕੋਰਟ ਵਿੱਚ? ਨਹੀਂ, ਅਸੀਂ ਤਾਂ ਆਪਦੇ ਮੁਕੱਦਮੇ ਦੇ ਵਿੱਚ ਹੀ ਰਿਮਾਂਡ ਮੰਗਿਆ। ਠੀਕ ਹੈ ਜੀ। ਜੇ ਕੋਈ ਹੋਰ ਕੋਰਟ 'ਚ ਕੋਈ ਪੇਸ਼ ਹੋਇਆ ਹੋਵੇਗਾ, ਉਹ ਆਪਦੀ ਫਰਿਆਦ ਲੈ ਕੇ ਪੇਸ਼ ਹੋਏ ਨੇ, ਅਸੀਂ ਉਹਨਾਂ ਬਾਰੇ ਕੁਛ ਨਹੀਂ ਕਹਿ ਸਕਦੇ। ਪੇਸ਼ ਹੋਏ ਨੇ? ਹਾਂ, ਆਪਣਾ ਆਪਦੀ ਫਰਿਆਦ ਲੈ ਕੇ ਲੋਕ ਕੋਰਟ 'ਚ ਪੇਸ਼ ਆਏ ਨੇ, ਕੋਰਟ 'ਚ ਆਏ ਨੇ। ਸਰ, ਤੁਸੀਂ ਕੱਲ੍ਹ ਦੇ ਪਕੜ ਹੋਏ, ਕੱਲ੍ਹ ਤੋਂ ਲੈ ਕੇ ਅੱਜ ਤੱਕ ਕੋਈ ਹੋਰ ਚੀਜ਼ ਪੁੱਛਗਿੱਛ ਦੇ ਦਰਮਿਆਨ ਸਾਹਮਣੇ ਕੋਈ ਗੱਲ ਆਈ ਹੋਵੇ? ਜਿਹੜੀ ਇਨਵੈਸਟੀਗੇਸ਼ਨ ਇਹ ਸੀਕਰਟ ਅਤੇ ਅਸੀਂ ਇਹਦੇ ਬਾਰੇ ਤੁਹਾਨੂੰ ਡਿਸਕਲੋਜ ਨਹੀਂ ਕਰ ਸਕਦੇ। ਉੱਧਰ ਦੂਜੇ ਪਾਸੇ ਇਸ ਗਿਰੋਹ ਦੇ ਸ਼ਿਕਾਰ ਹੋਏ ਸੇਵਾ ਸਿੰਘ ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਗਿਰੋਹ ਦੇ ਵੱਲੋਂ ਸਾਲ 2019 ਦੀ ਜੂਨ ਮਹੀਨੇ ਵਿੱਚ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦੀ ਵਿਉਂਤਬੰਦੀ ਬਣਾਈ ਗਈ ਸੀ ਅਤੇ ਉਹਨਾਂ ਤੋਂ 20 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ, ਜਿਸ ਦਾ ਸੌਦਾ ਉਕਤ ਵਕੀਲ ਅਤੇ ਪੱਤਰਕਾਰ ਹਰਪ੍ਰੀਤ ਸਿੰਘ ਪਰੂਥੀ 10 ਲੱਖ ਰੁਪਏ 'ਚ ਤੈਅ ਕਰਵਾਉਂਦਾ ਸੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਪੁਲਿਸ ਨੂੰ ਇਸ ਗਿਰੋਹ ਦੀ ਜਾਣਕਾਰੀ ਦਿੱਤੀ ਗਈ, ਜਿਸ 'ਤੇ ਫਿਰੋਜ਼ਪੁਰ ਪੁਲਿਸ ਨੇ ਇਨਕੁਆਇਰੀ ਕਰ ਸਰਪੰਚ ਨੂੰ ਨਿਰਦੋਸ਼ ਸਾਬਿਤ ਕਰ ਦਿੱਤਾ। ਸਰਪੰਚ ਸੇਵਾ ਸਿੰਘ ਨੇ ਸਬੂਤ ਵਜੋਂ ਮੀਡੀਆ ਦੇ ਨਾਲ ਆਡੀਓ ਰਿਕਾਰਡਿੰਗ ਵੀ ਸਾਂਝੀਆਂ ਕੀਤੀਆਂ। ਸਰ, ਕੀ ਨਾਂ ਤੁਹਾਡਾ? ਮੇਰਾ ਨਾਂ ਸੇਵਾ ਸਿੰਘ ਸਰਪੰਚ, ਪਿੰਡ ਜਮੀਰਪੁਰ ਢੇਰੂ, ਫਿਰੋਜ਼ਪੁਰ। ਅੱਜ ਕਿੱਥੇ ਆਏ ਹੋ? ਅੱਜ ਅਸੀਂ, ਮੈਂ ਅੱਜ ਜਲਾਲਾਬਾਦ ਕੋਰਟ ਕੰਪਲੈਕਸ 'ਚ ਆਇਆ ਜੀ। ਸਰ, ਕੋਰਟ ਕਿਸ ਮੁੱਦੇ ਲੈ ਕੇ ਕਿਉਂ ਆਏ ਹੋ? ਸੰਡੇ ਆ ਜੇ ਸਰ, ਅੱਜ ਤਾਂ। ਸਰ, ਇਹ ਤਾਂ ਅਸੀਂ ਕੱਲ੍ਹ ਅਸੀਂ ਐਡ ਸੁਣੀ ਸੀ, ਚੱਲ ਰਹੀ TV 'ਤੇ, ਕਿ ਇੱਥੇ ਕੋਈ ਹਰਪ੍ਰੀਤ ਪਰੂਥੀ ਐਡਵੋਕੇਟ ਹੈ, ਨਾਲੇ ਪੱਤਰਕਾਰ ਜੀਤ ਦਾ, ਉਹਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਅਤੇ ਉਹ ਮੇਰੇ ਨਾਲ ਵੀ ਉਹਨੇ ਬਲੈਕਮੇਲ ਹੀ ਪਿਛਲੇ 2019 ਵਿੱਚ ਕੀਤੀ ਸੀ, ਮੈਨੂੰ ਫੋਨ 'ਤੇ ਬਲੈਕਮੇਲ ਕਰਦਾ ਸੀ ਅਤੇ ਮੈਂ ਉਹਦੀ ਨਾ ਸੁਣੀ ਕੋਈ ਵੀ ਗੱਲ, ਪਰ ਇਹਨੇ ਕੋਈ ਜਨਾਨੀ ਨੂੰ ਭੇਜ ਕੇ ਮੇਰੇ 376 ਦਾ ਪਰਚਾ ਕਰਵਾਤਾ ਅਤੇ ਉਹਦੇ ਵਿੱਚ ਫਿਰ ਮੈਨੂੰ ਹਰਾਸਮੈਂਟ ਕੀਤਾ, ਮੈਂ ਇਨਕੁਆਇਰੀ ਕਰਵਾਈ ਆ ਦੀ ਆਪਣੇ, ਸਭ ਠੀਕ ਹੋ ਗਿਆ, ਪਰ ਇਹ ਅੱਜ ਇਹਨੂੰ ਮੈਂ ਇੱਥੇ ਮਿਲਣ ਆਇਆ ਹਾਂ ਵੀ ਇਹ ਮੇਰੇ 'ਤੇ ਤੂੰ ਨਜਾਇਜ਼ ਪਰਚਾ ਕੀਤਾ, ਇਹ ਬਲੈਕਮੇਲ ਕਰਦਾ, ਇਹ ਉਹਦੀ ਸਾਡੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਜੀ, ਜਿਹੜੀਆਂ ਕਿ ਅਸੀਂ ਦੇ ਦਿੱਤੀਆਂ ਹੋਈਆਂ, ਅਤੇ ਜੱਜ ਸਾਹਿਬ 'ਤੇ ਵੀ ਬੇਨਤੀ ਕੀਤੀ ਵੀ ਇਹਨੂੰ ਸਾਡੇ ਕੋਲ, ਸਾਨੂੰ ਵੀ ਇਹਦੇ ਤੋਂ ਇਨਸਾਫ ਦਵਾਇਆ ਜਾਏ। ਤੁਸੀਂ ਜੱਜ ਸਾਹਿਬ ਨੂੰ ਬੇਨਤੀ ਕੀਤੀ ਇਸ ਮਾਮਲੇ ਵਿੱਚ? ਹਾਂਜੀ ਹਾਂਜੀ। ਕੀ ਕਹਿੰਦੇ ਸਰ ਫਿਰ? ਉਹਨਾਂ ਨੂੰ ਫਿਰ ਹੁਣ 5 ਦਿਨ ਦਾ ਰਿਮਾਂਡ ਦਿੱਤਾ ਜੀ, ਪੁਲਿਸ ਨੂੰ ਰਿਮਾਂਡ ਦਿੱਤਾ ਜੀ, ਅਤੇ ਅਸੀਂ ਹੁਣ ਪੁਲਿਸ ਆਪੇ ਇਸ ਤੋਂ ਅੱਗੇ ਕਾਰਵਾਈ ਕਰੇਗੀ। ਤੁਸੀਂ ਹੋਰ ਕੀ ਚਾਹੁੰਦੇ ਹੋ? ਅਸੀਂ ਬਸ ਇਹੋ ਹੀ ਵੀ ਇਹ ਬੰਦੇ ਨੂੰ ਪੂਰਾ ਕੀਤਾ ਜਾਵੇ, ਇਹਨੂੰ ਸਜ਼ਾ ਮਿਲੇ, ਵੀ ਅੱਗੇ ਤੋਂ ਹੋਰ ਕਿਸੇ ਨੂੰ ਹਰਾਸਮੈਂਟ ਨਾ ਕਰੇ, ਬਲੈਕਮੇਲ ਦੇ ਨੇ ਧੰਦਾ ਬਣਾਇਆ, ਗਰੋਹ ਬਣਿਆ ਜੀ ਇਹਨਾਂ ਦਾ। ਜਿਹੜੀ ਕੁੜੀ ਤੋਂ, ਜਿਹੜੀ ਕੁੜੀ ਇਲਜ਼ਾਮ ਲਾਏ ਸੀ, ਹਾਂਜੀ, ਕੋਈ ਨਾਂ ਪਤਾ ਕੁੜੀ ਦਾ? ਹਾਂਜੀ, ਉਹਨਾਂ ਨਾਂ ਰਿਤੂ ਬਾਲਾ ਸੀਗਾ ਜੀ। ਠੀਕ ਹੈ ਜੀ। ਅਸੀਂ, ਮੈਂ ਗੁਰਦੁਆਰਾ ਪ੍ਰਧਾਨ ਵੀ ਉੱਥੇ ਪਿੰਡ ਵਿੱਚ, ਸਾਡੇ ਬਹੁਤ ਇਤਿਹਾਸਿਕ ਗੁਰਦੁਆਰਾ ਜੀ, ਅਤੇ ਅਸੀਂ ਗਰੀਬ ਲੜਕੀਆਂ ਦੇ ਵਿਆਹ ਕਰਦੇ ਹਾਂ, ਅਤੇ ਉਹਨੇ ਝਾਂਸਾ ਦੇ ਕੇ ਮੈਂ ਆਪਦੀ ਬੇਟੀ ਦਾ ਵਿਆਹ ਕਰਨਾ, ਅਤੇ ਮੈਨੂੰ ਫਿਰੋਜ਼ਪੁਰ ਸੱਦਿਆ ਅਤੇ ਉੱਥੇ ਮੈਂ ਗੱਲਬਾਤ ਕੀਤੀ ਵੀ ਅਸੀਂ ਵਿਆਹ ਤੁਹਾਡਾ ਕਰਵਾ ਦਿਆਂਗੇ, ਡੇਟ ਉਹ ਕਹਿੰਦੇ ਅਸੀਂ ਵਿਆਹ ਬਣਾ ਕੇ ਡੇਟ ਦੱਸ ਦਿਆਂਗੇ, ਅਤੇ ਉਸ ਤੋਂ ਬਾਅਦ ਇਹਨੇ ਆਪਣਾ ਮੈਡੀਕਲ ਕਰਾ ਕੇ ਮੇਰੇ ਤੋਂ FRA ਕਰਵਾਤੀ। ਕਿੰਨੇ ਪੈਸੇ ਮੰਗ ਕਰਦੇ ਤੁਹਾਡੇ ਕੋਲ? ਇਹ ਪਹਿਲਾਂ ਤਾਂ ਮੇਰੇ ਕੋਲ 20 ਲੱਖ ਮੰਗ ਕਰਦੇ ਸੀ ਹਰਪ੍ਰੀਤ ਪਰੂਥੀ ਫੋਨ ਕਰਕੇ ਜੀ, ਫਿਰ ਮੇਰੇ ਰਿਸ਼ਤੇਦਾਰ ਯਾਰ ਦੋਸਤ ਆਏ ਅਤੇ ਇਹਨੇ ਕਿਹਾ ਵੀ ਮੈਂ 10 ਲੱਖ 'ਚ ਤੁਹਾਡਾ ਸੌਦਾ ਕਰਾ ਦਿੰਦਾ, ਫੈਸਲਾ ਕਰਵਾ ਦਿੰਦਾ, ਅਤੇ ਸਾਡੇ ਕੋਲ ਪੈਸੇ ਇੰਨੇ ਨਹੀਂ ਹੈਗੇ, ਨਾ ਅਸੀਂ ਦੇਣੇ ਸੱਚੇ ਬੰਦੇ ਸੀ, ਤਾਂ ਅਸੀਂ ਉਹ ਪੁਲਿਸ ਪ੍ਰਸ਼ਾਸਨ ਕੋਲ ਜਾ ਕੇ ਆਪਣੀ ਸੱਚਾਈ ਦੱਸੀ ਅਤੇ ਸਾਡਾ ਉੱਥੇ ਮਸਲਾ ਲਵਾਏ। ਸਰ, ਤੁਸੀਂ ਕਿਹਾ ਰਿਕਾਰਡਿੰਗ ਹੁੰਦੀ ਹੋ? ਰਿਕਾਰਡਿੰਗ? ਹਾਂਜੀ, ਰਿਕਾਰਡਿੰਗ ਤੁਹਾਨੂੰ ਦੇ ਦਾਂਗੇ। ਕੁੜੀ ਦੀ ਫੋਟੋ ਵੀ ਹੈਗੀ ਤੁਹਾਡੇ ਕੋਲ? ਫੋਟੋ ਵੀ ਹੈਗੀ ਜੀ। ਹਾਂਜੀ, ਹਾਂਜੀ, ਬਿਲਕੁਲ ਦੇ ਦਾਂਗੇ। ਸਰ, ਕਈ ਵਾਰੀ ਕਹਿ ਦਿੰਦਾ ਅਗਲਾ ਵੀ ਦੇਵਾਂਗੇ, ਦਿੰਦੇ ਨਹੀਂ, ਸੱਦੇ ਹੋਗੇ ਨਾ? ਨਹੀਂ ਨਹੀਂ, ਬਿਲਕੁਲ ਦੇ ਦਾਂਗੇ, ਕੋਈ ਹੈ ਨਹੀਂ ਹੁੰਦਾ ਜੀ, ਸਾਡੇ ਤਾਂ ਬਹੁਤ ਨਜ਼ਾਇਜ਼ ਹੈਗੀ ਰਿਕਾਰਡਿੰਗ ਵਿੱਚ। ਰਿਕਾਰਡਿੰਗ ਹਰਪ੍ਰੀਤ ਪਰੂਥੀ ਉਹਦੇ ਕੈਬਨ 'ਚ ਬਹਿ ਕੇ ਸਾਡੇ ਸੌਦਾ ਹੋ ਰਿਹਾ ਜੀ ਉਹਦੇ ਨਾਲ, ਵੀ ਉਹ ਕਹਿੰਦਾ ਵੀ 10 ਲੱਖ 'ਚ ਤੁਹਾਡਾ ਫੈਸਲਾ ਕਰਵਾ ਦੇਣਾ ਅਤੇ ਤੁਸੀਂ 10 ਲੱਖ ਲਿਓ, ਅਤੇ ਉਹਨੇ ਤੁਹਾਨੂੰ ਕਿਹਾ, ਉਹਨੇ ਇਹ ਨਹੀਂ ਤੁਹਾਨੂੰ ਦੱਸਿਆ ਵੀ ਫੈਸਲਾ ਨਹੀਂ ਕੀਤਾ, ਕੀ ਹੋਏਗਾ ਤੁਹਾਡੇ ਨਾਲ? ਉਹਨੇ ਬਹੁਤ ਧਮਕੀਆਂ ਦਿੱਤੀਆਂ ਸਾਨੂੰ ਵੀ 376 ਦੇ ਵਿੱਚ ਇਹ 90 ਦਿਨ ਦਾ ਪ੍ਰੋਸੈਸ ਹੈ, ਇਹਨੂੰ 7 ਸਾਲ ਦੀ ਸਜ਼ਾ ਹੋਏਗੀ, ਫਿਰ ਤੁਸੀਂ 50 ਲੱਖ ਵੀ ਦਿਓਗੇ,
ਜਾਂ ਫਿਰ ਘਰ ਵੇਚੋ ਭਾਵੇਂ ਜੋ ਮਰਜ਼ੀ ਵੇਚੋ, ਅੱਜ ਤੁਹਾਡਾ ਮੈਂ 10 ਲੱਖ 'ਚ ਕਰਵਾ ਸਕਦਾ ਅਤੇ ਨਹੀਂ ਤਾਂ ਤੁਹਾਨੂੰ 50 ਲੱਖ 'ਚ ਵੀ ਫੈਸਲਾ ਨਹੀਂ ਤੁਹਾਡਾ ਰਿਕਾਰਡਿੰਗ 'ਚ ਬੋਲਦੇ ਪਏ ਉਹਦੇ ਵਿੱਚ ਰਿਕਾਰਡਿੰਗ 'ਚ ਪੂਰਾ ਸਾਫ਼ ਬੋਲਦਾ ਜੀ ਇੱਕ ਜੋ ਤੁਸੀਂ ਬੋਲੇ ਹੋ? ਹਾਂਜੀ ਹਾਂਜੀ ਠੀਕ ਹੈ ਸਰ ਓਕੇ। ਫਿਲਹਾਲ ਪੁਲਿਸ ਦੇ ਵੱਲੋਂ ਇਸ ਗਰੋਹ ਦੇ 4 ਮੈਂਬਰ ਜਿਨ੍ਹਾਂ ਦੇ ਵਿੱਚ ਇੱਕ ਲੜਕੀ ਅਤੇ 2 ਪੱਤਰਕਾਰ ਵੀ ਸ਼ਾਮਿਲ ਨੇ ਉਹਨਾਂ ਨੂੰ 5 ਮਾਰਚ ਤੱਕ ਰਿਮਾਂਡ 'ਤੇ ਲੈ ਲਿਆ ਗਿਆ, ਜਿਸ ਤੋਂ ਬਾਅਦ ਕਈ ਹੋਰ ਸਫੈਦ ਪੋਸ਼ ਲੋਕਾਂ ਦਾ ਇਸ ਗੈਰ ਕਾਨੂੰਨੀ ਮਾਮਲੇ ਦੇ ਵਿੱਚ ਸ਼ਾਮਿਲ ਹੋਣ ਦੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਲਾਲਾਬਾਦ ਤੋਂ ਮੋਂਟੀ ਦੀ ਰਿਪੋਰਟ, ਪੰਜਾਬੀ ਟੀਵੀ।